ਮંત્રી ਸਾਹਿਬ ਨੇ ਚਿੱਠੀ ਲਿਖੀ ਕੇਂਦਰੀ ਮੰਤਰੀ ਗਿਰੀ ਰਾਜ ਸਿੰਘ ਨੂੰ ਉਹ ਕਹਿੰਦੇ ਕਿ ਮਨਰੇਗਾ ਦੀ ਦਿਹਾੜੀ ਹੈ ਜਿਹੜੀ ਪੰਜਾਬ ਦੇ ਅੰਦਰ ਗਵਾਂਡੀ ਸੂਬੇ ਦੇ ਮੁਕਾਬਲੇ ਬਹੁਤ ਘੱਟ ਹੈ ਉੱਥੇ 357 ਰੁਪਏ ਮਿਲ ਰਹੇ ਆ ਇੱਥੇ 303 ਰੁਪਏ ਬਣਦੀ ਹੈ ਇਸ ਦੀ ਵਜ੍ਹਾ ਕੀ ਰਹੀ ਹੈ ਔਰ ਸੂਬਾ ਸਰਕਾਰ ਨੇ ਕੀ ਆਪਣਾ ਯੋਗਦਾਨ ਨਹੀਂ ਪਾਇਆ ਇਹ ਤਾਂ ਨਹੀਂ ਵਜ੍ਹਾ ਕਿਤੇ ਕਿ ਦਿਹਾੜੀ ਹਰਿਆਣੇ ਦੇ ਮੁਕਾਬਲੇ ਪੰਜਾਬ ਚ ਬਹੁਤ ਘੱਟ ਹੈ ਔਰ ਇਸ ਨੂੰ ਚਾਲੂ ਕਰਨ ਦੇ ਲਈ ਇਸ ਸਕੀਮ ਨੂੰ ਲਗਾਤਾਰ ਚਲਾਉਣ ਦੇ ਲਈ ਵੀ ਕਈ ਤਰ੍ਹਾਂ ਦੇ ਰੇਖੇ ਆ ਪੰਜਾਬ ਦੇ ਅੰਦਰ ਸੰਦੇਬ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਮਨਰੇਗਾ ਐਕਟ ਹੈਗਾ ਉਹ ਸ਼ਾਇਦ ਪੰਜਾਬ ਸਰਕਾਰ ਨੇ ਪੜਿਆ ਨਹੀਂ ਚੰਗੀ ਤਰ੍ਹਾਂ ਉਸ ਮਨਰੇਗਾ ਐਕਟ ਦਾ ਸੈਕਸ਼ਨ 6 ਇਹ ਕਹਿੰਦਾ ਹੈਗਾ ਕਿ ਇੱਕ ਤੇ ਇੰਡੀਆ ਲੈਵਲ ਤੇ ਜਿਹੜੀ ਆ ਮਨਰੇਗਾ ਦੇ ਜਿਹੜੀ ਦਿਹਾੜੀ ਉਹ ਫਿਕਸ ਕੀਤੀ ਜਾਂਦੀ ਹੈ ਸੈਕਸ਼ਨ ਜਿਹੜਾ 6 ਉਹਦੀ ਕਲੋਜ਼ 1 ਤੇ 2 ਆ ਉਹਦੇ ਚ ਇਹ ਆ ਕਿ ਜੇ ਸਰਕਾਰ ਸੂਬਾ ਸਰਕਾਰ ਚਾਹੁੰਦੀ ਕਿ ਇਹ ਸਾਡੇ ਚ ਇੱਥੇ ਜਿਹੜੀ ਘੱਟੂ ਘੱਟ ਜਿਹੜਾ ਮਿਨੀਮਮ ਵੇਜ ਆ ਉਹ ਇੰਨਾ ਹੈਗਾ ਵਾ ਉਹ ਜਿਹੜਾ ਸੈਕਸ਼ਨ 2 ਨੂੰ ਨੋਟੀਫਾਈਡ ਕਰਕੇ ਭਾਰਤ ਸਰਕਾਰ ਨੂੰ ਭੇਜਦੇ ਅਸੀਂ ਉਹਨੇ ਪੈਸੇ ਤੁਹਾਨੂੰ ਦੇ ਦਾਂਗੇ ਹੁਣ ਰੌਲਾ ਕੀ ਹੈ ਕਿ ਜੇ ਹਰਿਆਣਾ ਦੇ ਵਿੱਚ ਅੱਜ ਨੂੰ ਲੈ ਕੇ ਉਦਾਹਰਨ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਮੈਨੂੰ ਲੱਗਦਾ ਉਹਦੇ ਵਿੱਚ ਜਿਹੜੇ ਜ਼ਿੰਮੇਵਾਰ ਸੀ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਦੇ ਡਾਇਰੈਕਟਰ ਤੇ ਸੈਕਟਰੀ ਉਹਨਾਂ ਨੂੰ ਫੀਡਬੈਕ ਸਹੀ ਦੇਣੀ ਚਾਹੀਦੀ ਸੀ ਕਿ ਹਰਿਆਣਾ ਆਪਣਾ ਹਿੱਸਾ ਪਾਉਂਦੇ ਹਰਿਆਣਾ ਦੇ ਵਿੱਚ ਜਿਹੜਾ ਅਨਸਕਿਲਡ ਵਰਕਰਸ ਨੇ ਉਹਨਾਂ ਦਾ ਜਿਹੜਾ ਮਿਨੀਮਮ ਵੇਜ ਆ ਉਹ ਪੰਜਾਬ ਨਾਲੋਂ ਜ਼ਿਆਦਾ ਉੱਥੇ ਮਿਨਿਮਮ ਵੇਜ ਜ਼ਿਆਦਾ ਜਿੰਨਾ ਗੈਪ ਆ ਉਹਨਾਂ ਨੇ ਪੂਰਾ ਕਰ ਦਿੱਤਾ ਹੈਗਾ ਇਸ ਕਰਕੇ ਉੱਥੇ 357 ਰੁਪਏ ਆਪਣੇ ਕਿੰਨੇ ਹੈਗੀ ਆ 303 ਰੁਪਏ ਦੱਸ ਰਹੇ ਨੇ ਸੀਐਮ ਸਾਹਿਬ ਚਿਰਿੰਜਰ ਰੁਪਏ ਦਾ ਘਾਟਾ ਕਿਹਨੂੰ ਪੈ ਰਿਆ ਪੰਜਾਬ ਦੇ ਮਜ਼ਦੂਰਾਂ ਨੂੰ ਤੁਸੀਂ ਉਹਨਾਂ ਹੀ ਮਿਨਿਮਮ ਵੇਜ ਕਰ ਲਓ ਨਾ ਜਿੰਨਾ ਇਹਨਾਂ ਨੇ ਪੰਜਾਬ ਸਰਕਾਰ ਨੇ 2023 ਦੇ ਵਿੱਚ ਨੋਟੀਫਾਈਡ ਕੀਤਾ ਹੈਗਾ ਜੇ ਪੰਜਾਬ ਦੇ ਵਿੱਚ 2023 ਚ ਜਿਹੜਾ ਅਪ੍ਰੈਲ ਦੇ ਵਿੱਚ ਨੋਟੀਫਾਈਡ ਕੀਤਾ ਉਹ ਘੱਟੋ ਘਾਟ 392 ਰੁਪਏ ਨੇ 392 ਰੁਪਏ ਦੇ ਹਿਸਾਬ ਦੇ ਨਾਲ ਪੰਜ ਭਾਰਤ ਸਰਕਾਰ ਕੋ ਪੈਸੇ ਮੰਗੋ ਜਦ ਮਨਰੇਗਾ ਦਾ ਐਕਟ 6 ਸ਼ਰੇਮ ਕਹਿ ਰਿਹਾ 6 ਦਾ 2 ਵੀ ਕਹਿ ਰਿਹਾ ਕਲੋਜ਼ ਤੇ ਤੁਸੀਂ ਉਸ ਹਿਸਾਬ ਨਾਲ ਮੰਗੋ 392 ਦੇ ਹਿਸਾਬ ਨਾਲ ਪਰ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਚਾਹੇ ਕਾਲੀ ਦਲ ਦੀ ਸਰਕਾਰ ਹੀ ਹੈ ਜਾਂ ਕਾਂਗਰਸ ਦੀ ਸਰਕਾਰ ਹੀ ਹੈ ਜਾਂ ਹੁਣ ਫਿਰ 17 ਮਹੀਨਿਆਂ ਤੋਂ ਆਮ ਆਦੀ ਪਾਰਟੀ ਦੀ ਸਰਕਾਰ ਇਹਨਾਂ ਕੀ ਕੀਤਾ ਹੈ ਪੰਜਾਬ ਦੇ ਜਿਹੜੇ ਅਦਜੋਗ ਪਤੀ ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇਹ ਉਹਨਾਂ ਦੇ ਦਬਾਅ ਹੇਠ ਆ ਕਿਉਂਕਿ ਜੇ ਜ਼ਿਆਦਾ ਮਿਨੀਮਮ ਜਿਹੜਾ ਅਨਸਕਿਲਡ ਵਰਕਰ ਜਿਹੜਾ ਮਜ਼ਦੂਰ ਨੇ ਜਾਂ ਖੇਤੀ ਮਜ਼ਦੂਰ ਲਾ ਲੋ ਜਾਂ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਮਜ਼ਦੂਰ ਜੇ ਤੁਸੀਂ ਉਹਨਾਂ ਨੂੰ ਦਿਹਾੜੀ ਜ਼ਿਆਦਾ ਦੇ ਦਿੱਤੀ ਹੈ ਤੇ ਪੰਜਾਬ ਦੇ ਉਦਯੋਗਪਤੀ ਤੇ ਕਿਸਾਨ ਜਥੇਬੰਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਉਹ ਕਹਿੰਦੇ ਕਿ ਫਿਰ ਖੇਤਾਂ 'ਚ ਕਰਦਾ ਮਜ਼ਦੂਰ ਵੀ ਸਾਡੇ ਕੋਲ 390 ਰੁਪਏ ਮੰਗੂਗਾ ਫੈਕਟਰੀ 'ਚ ਕੰਮ ਕਰਦਾ ਮਜ਼ਦੂਰ ਵੀ ਸਾਡੇ ਕੋਲ 390 ਰੁਪਏ ਮੰਗੂ ਜਿਹੜਾ ਘੱਟੋ ਘੱਟ ਹੈ ਹਾਲਾਂਕਿ ਇੱਕ ਅਨਸਕਿਲਡ ਹੁੰਦਾ ਫਿਰ ਸੈਮੀ ਸਕਿਲਡ ਹੁੰਦਾ ਫਿਰ ਸਕਿਲਡ ਹੁੰਦਾ ਫਿਰ ਹਾਈ ਸਕਿਲਡ ਫਿਰ ਹਾਈ ਸਕਿਲਡ ਆ ਦੇ ਹਾਈ ਸਕਿੱਲ ਵਾਲੇ ਨੂੰ ਤਾਂ ਦਿੰਦੇ ਨਹੀਂ ਇਹ ਅਨਸਕਿੱਲਡ ਦੇ ਤੌਰ ਤੇ ਹੀ ਸਾਰਿਆਂ ਨੂੰ ਇਹਨੇ ਪੈਸੇ ਦੇਈ ਜਾ ਰਹੇ ਨੇ ਹੁਣ ਇੱਕ ਪਾਸੇ ਜਿਹੜਾ ਨੋਟੀਫਾਈਡ ਹੋਇਆ 2023 ਚ ਉਹ 392 ਰੁਪਏ ਨੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਕਿ ਸਾਨੂੰ 380 ਰੁਪਏ ਚਾਹੀਦੇ ਨੇ ਹੁਣ ਜਿਹੜੇ 380 ਰੁਪਏ ਮੰਗ ਰਹੇ ਨੇ ਮੁੱਖ ਮੰਤਰੀ ਸਾਹਿਬ ਜਾਂ ਪੰਜਾਬ ਸਰਕਾਰ ਨੇ ਜਿਹੜੀ ਗਰੀ ਰਾਜ ਜਿਹੜੇ ਕੇਂਦਰੀ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਆ ਕਿ ਉਹ 222 ਵਾਲੀ ਨੋਟੀਫਿਕੇਸ਼ਨ ਦੇ ਆਧਾਰ ਤੇ ਮੰਗ ਰਹੇ ਨੇ ਜਾਂ 23 ਵਾਲੇ ਹਲੇ ਹਲੇ ਇਨਾਂ ਹਜੇ ਤੱਕ ਪੰਜਾਬ ਸਰਕਾਰ ਨੇ ਨੋਟੀਫਾਈਡ ਨਹੀਂ ਕੀਤੀ ਹੈਗੀ ਇਹ ਜਿਹੜੀਆਂ ਘੱਟੋ ਘਣ ਮਿਨਿਮਮ ਵੇਜ ਨਾ ਉਹ ਕਾਮਰੇੜੇ ਇਸੇ ਕਰਕੇ ਲੜਦੇ ਰਹੇ ਨੇ ਪੇ ਜਿਹੜਾ ਸਕਿਲਡ ਆ ਅਨ ਸਕਿਲਡ ਨੂੰ ਵੀ ਘੱਟੋ ਘਣ 400 ਰੁਪਏ ਦੇ ਬੰਦਾ ਹੀਗਾ ਹੁਣ ਦੇਖੋ ਕਿੰਨੀ ਅ ਉਦਯੋਗਪਤੀਆਂ ਦਾ ਦਬਾਅ ਲਾ ਲੋ ਚੰਡੀਗੜ੍ਹ ਦੇ ਵਿੱਚ ਜਿਹੜਾ ਰੱਖਣੇ ਪੈਂਦੇ ਨੇ ਕੰਟਰੈਕਟ ਤੇ ਇਹ ਤੇ 25000 ਰੁਪਇਆ ਚੰਡੀਗੜ੍ਹ ਦੇ ਵਿੱਚ ਪੰਜਾਬ ਦੀ ਰਾਜਧਾਨੀ ਹੂੰ ਪੰਜਾਬ ਚ ਕਿੰਨੇ ਤੇ ਰੱਖੇ ਜਾ ਰਹੇ ਨੇ 8000 ਚ 7000 ਚ 7500 ਚ 9200 ਦੇ ਵਿੱਚ ਉਹ ਵੀ ਉੱਥੇ ਡੀਸੀ ਰੇਟ ਤੇ ਕੰਮ ਕਰਦਾ ਚੰਡੀਗੜ੍ਹ ਵੀ ਡੀਸੀ ਰੇਟ 25000 ਇਹ ਕਿੱਡੀ ਵੱਡੀ ਲੋਟਾ ਕਿਉਂਕਿ ਪੰਜਾਬ ਦੇ ਅਧਿਯੋਗਪਤੀ ਨਹੀਂ ਚਾਹਦੇ ਹੈਗੇ ਇਸ ਕਰਕੇ ਪੰਜਾਬ ਦੇ ਵਿੱਚ ਪ੍ਰਵਾਸੀ ਜਿਹੜਾ ਮਜ਼ਦੂਰ ਆ ਕੇ ਲੁਧਿਆਣੇ ਬੈਠਾਗਾ ਉਹ ਕਹਿੰਦੇ ਚਲੋ 300 ਰੁਪਇਆ ਤੇ ਮਿਲਦਾ ਤੇ ਜੇ डीसी रेट ਜਿਆਦਾ ਕਰਤਾ ਫਿਰ 25000 ਰੁਪਏ ਘਟੋ ਘੜ ਹਰ ਇੱਕ ਮਜ਼ਦੂਰ ਨੂੰ ਦੇਣਾ ਪੈਣਾ ਉਹ ਪੰਜਾਬ ਦੀਆਂ ਫੈਕਟਰੀਆਂ ਲੱਗਦਾ ਸਰਕਾਰਾਂ ਨੂੰ ਖੁਸ਼ ਕਰ ਦਿੰਦੀਆਂ ਨੇ ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਮਜ਼ਦੂਰਾਂ ਬਾਰੇ ਘੱਟ ਸੋਚਦੀਆਂ ਔਰ ਜ਼ਿਮੀਦਾਰ ਤਬਕੇ ਬਾਰੇ ਜਿਆਦਾ ਸੋਚਦੀਆਂ ਕਿ ਜੇ ਇਹਨਾਂ ਰੁਪਏ ਵਧ ਗਏ ਫਿਰ ਮਜ਼ਦੂਰ ਕਿਸਾਨ ਕਿੱਥੇ ਦਊਗਾ ਕਿਸਾਨ ਦੀ ਵੀ ਮਜਬੂਰੀ ਆ ਜਾਦੇ ਉਹਨੂੰ ਵੀ 3200 ਰੁਪਏ ਕਣਕ ਕਵਾਂਟਲ ਦੇ ਹਿਸਾਬ ਨਾਲ ਪੈਸੇ ਮਿਲੇ ਤੇ ਉਹ ਖੇਤ ਮਜ਼ਦੂਰ ਨੂੰ ਵੀ ਪੈਸੇ ਦੇ ਦੂਆ ਉਹਨੂੰ ਤੇ 2200 ਮਿਲਦਾ ਸੁਆਮੀਨਾਥਨ ਦੀ ਰਿਪੋਰਟ ਕੀ ਕਹਿੰਦੀ ਸੀ ਕਿ ਘਟੂ ਘੜ 50 ਪਰਸੈਂਟ ਜਾਫਾ ਹੋਣਾ ਚਾਹੀਦਾ ਪਹਿਲਾਂ ਡਾਕਟਰ ਮਨਮੋਹਨ ਸਿੰਘ ਨੇ 10 ਸਾਲ ਫਾਈਲ ਦੱਬ ਰੱਖੀ ਫਿਰ 2014 ਤੋਂ ਲੈ ਕੇ ਹੁਣ ਤੱਕ 9 ਸਾਲ ਇਹਨਾਂ ਨੇ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਹਾਲਾਂਕਿ ਮੋਦੀ ਸਾਹਿਬ ਕਹਿ ਰਹੇ ਕਿ 2022 ਦੇ ਵਿੱਚ ਅਸੀਂ ਕਿਸਾਨਾਂ ਦੀ ਆਮਦਨ ਨੂੰ ਦੁੱਗਣੀ ਕਰ ਦੇਣੀ ਜੇ ਕਿਸਾਨਾਂ ਦੀ ਆਮਦਨ ਦੁੱਗਣੀ ਹੋਊਗੀ ਤਾਂ ਖੇਤਮ ਮਜ਼ਦੂਰ ਵੀ ਉਹਨਾਂ ਦੀ ਆਮਦਨ ਚੰਗੀ ਹੋ ਜੂਗੀ ਤੇ ਇਸ ਕਰਕੇ ਆ ਜਿਹੜਾ ਮਸਲਾ ਪੰਜਾਬ ਸਰਕਾਰ ਨੂੰ ਚਾਹੀਦਾ ਕਿ 392 ਰੁਪਏ ਦੇ ਹਿਸਾਬ ਨਾਲ ਮਨਰੇਗਾ ਦੀ ਮੰਗਣ ਦਿਹਾੜੀ ਔਰ ਸਭ ਤੋਂ ਵੱਡਾ ਸਾਡੇ ਪੰਜਾਬ ਦੇ ਵਿੱਚ ਕੋਈ ਆਈਐਸ ਅਫਸਰ ਕੰਮ ਕਰਕੇ ਰਾਜੀ ਨਹੀਂ ਹੈਗਾ ਨਾ ਸਰਕਾਰ ਕੰਮ ਕਰਕੇ ਰਾਜੀ ਆ ਕਾਲੀਆਂ ਵੇਲੇ ਵੀ ਮਨਰੇਗਾ ਦਾ ਸਾਲ ਦਾ ਤਾਂ ਕਿੰਨਾ ਆਉਂਦਾ ਰਿਹਾ 100 ਦਿਨ ਹੁੰਦਿਆ ਕੰਮ ਦੇ ਵਿੱਚ ਨਹੀਂ ਪਰ ਪੈਸੇ ਕਿੰਨੇ ਆਂਦੇ ਰਹੇ ਨੇ 200 ਕਰੋੜ ਰੁਪਇਆ 250 ਕਰੋੜ ਰੁਪਇਆ 300 ਕਰੋੜ ਰੁਪਇਆ ਸਾਲ ਦਾ ਹੁਣ ਮੇਰੇ ਖਿਆਲ 350 ਕਰੋੜ ਰੁਪਇਆ 400 ਕਰੋੜ ਵੀ ਨਹੀਂ ਕਦੀ ਪੰਜਾਬ 'ਚ ਆਇਆ ਰਾਜਸਥਾਨ ਕਿੰਨਾ 15000 ਕਰੋੜ ਰੁਪਇਆ ਤਾਮਲ ਆਡੂ 12000 ਕਰੋੜ ਰੁਪਇਆ ਆਂਧਰਾ ਪ੍ਰਦੇਸ਼ ਵੀ 10-12000 ਕਰੋੜ ਆਉਂਦਾ ਹੋਊਗਾ ਮਨਰੇਗਾ ਚ ਤੇ ਸਾਡੇ ਪੰਜਾਬ ਚ ਕਿਹਦੀ 400 ਕਰੋੜ ਰੁਪਏ ਤੋਂ ਟੱਪਿਆ ਨਹੀਂ ਇਹਦਾ ਕੀ ਮਤਲਬ ਆ ਸਰਕਾਰਾਂ ਕੰਮ ਕਰਕੇ ਨਹੀਂ ਰਾਜੀ ਆਈਐਸ ਸਭ ਤੋਂ ਜਿਹੜੇ ਡਾਇਰੈਕਟਰ ਸੈਕਟਰੀ ਬਣ ਜਾਂਦੇ ਨੇ ਉਹ ਨਵੀਆਂ ਤਜਵੀਜ਼ਾਂ ਨਹੀਂ ਬਣਾਉਂਦੇ ਡਿਪਟੀ ਕਮਿਸ਼ਨਰ ਏਡੀਸੀ ਨਵੀਆਂ ਤਜਵੀਜ਼ਾਂ ਨਹੀਂ ਬਣਾਉਂਦੇ ਹੈਗੇ ਔਰ ਇਹਦੇ ਚ ਤੇ ਵੀ ਆ ਕਿ ਘੱਟੋ ਘੱਟ ਜੇ ਦੀ ਢਾਈ ਜਾਂ 5 ਕਿੱਲੇ ਵਾਲਾ ਜਿਹੜਾ ਕਿਸਾਨ ਆ ਉਹ ਵੀ ਮਨਰੇਗਾ ਦਾ ਹੱਕਦਾਰ ਆ ਪਰ ਇੱਥੇ ਹੀਰਾ ਫਿਰ ਜਿਆਦਾ ਹੁੰਦੇ ਆ ਇਹ ਮਰਿਆਂ ਦੀਆਂ ਵੀ ਦਿਹਾੜੀਆਂ ਪਾ ਲੈਂਦੇ ਨੇ ਬਜ਼ੁਰਗਾਂ ਦੀਆਂ ਵੀ ਦਿਹਾੜੀਆਂ ਪਾ ਲੈਂਦੇ ਨੇ ਛੜਕਾਂ ਤੇ ਖੜੇ ਆਲੇ ਨੂੰ ਵੀ ਦਿਹਾੜੀਆਂ ਪਾ ਲੈਂਦੇ ਹੁਣ ਪਿੰਡਾਂ ਦੇ ਵਿੱਚ ਲੜਾਈ ਕਿਸ ਹੋ ਰਹੀ ਆ ਕਿ ਜਿਹੜੇ ਮਨਰੇਗਾ ਮਜ਼ਦੂਰਾਂ ਦੇ ਉੱਪਰ ਮੇਡ ਬੰਨਦੇ ਨੇ ਉਹਨੂੰ ਲੈ ਕੇ ਆਮ ਆਦੀ ਪਾਰਟੀ ਵਾਲੇ ਐਮਐਲ ਕਹਿੰਦੇ ਸਾਡੇ ਮੇਡ ਬੰਨੇ ਚਾਹੀਦੇ ਨੇ ਸਰਪੰਚ ਸਾਡੇ ਬੰਨੇ ਚਾਹੀਦੇ ਨੇ ਕਿ ਚਲੋ 10 ਮਰਿਆਂ ਦੇ ਦਿਹਾੜੀ ਪਾ ਲੈਣਗੇ ਪੰਜ ਚਾਰ ਜਵਾਕਾਂ ਦੀ ਪਾਲੇ ਨੇ ਹਰ ਪਿੰਡ ਜੋ 30 30 ਯਾਲੀ ਦਿਹਾੜੀ ਪਾਲਾਂਗੇ ਤੇ ਘਟੋ ਘੜੇ ਇੱਕ ਪਿੰਡ ਜੋ 12000 ਰੁਪਏ ਦੇ ਬਣਿਆ ਕਰੂਗਾ ਇਹ ਅਸੀਂ ਠੱਗੀਆਂ ਠੋਰੀਆਂ ਕਰਦੇ ਨੇ ਸੀਐਮ ਸਾਹਿਬ ਨੂੰ ਚਾਹੀਦਾ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਪੰਜਾਬ ਦੇ ਵਿੱਚ ਪਹਿਲੀ ਜਿਹੜੀ ਸਰਕਾਰ ਨੂੰ ਚਾਹੀਦਾ ਮਿਨੀਮਮ ਜਿਹੜੇ ਵੇਜਸ ਆ ਉਹ ਚੰਡੀਗੜ੍ਹ ਦੇ ਪੈਟਰਨ ਤੇ ਕੀਤੇ ਜਾਣ ਵਧਾਏ ਜਾਣ ਨਾ ਕਿਸਾਨ ਜਥੇਬੰਦੀਆਂ ਦੇ ਦਬਾਅ ਹੇਠ ਹੋਣ ਨਾ ਪੰਜਾਬ ਦੇ ਅਧਿయోగਪਤੀਆਂ ਦੇ ਦਬਾਅ ਹੇਠ ਹੋਣ ਤੇ ਜਿਵੇਂ ਹਰਿਆਣਾ ਜੇ ਤੁਸੀਂ 392 ਨਹੀਂ ਕਰਦੇ ਤੁਸੀਂ ਦੇ ਲਈ 380 ਲਿਖਿਆ ਫਿਰ 357 ਹਰਿਆਣੇ ਦੇ ਪੈਟਰਨ ਦੇ ਕੀਤੇ ਜਾਣ 300 ਕਿੱਥੇ 357 ਕਿੱਥੇ 300 ਇਸ ਮਸਲੇ ਦੇ ਵਿੱਚ ਲੱਗਦਾ ਕਿ ਪੰਜਾਬ ਸਰਕਾਰ ਦੇ ਜਿਹੜੇ ਅਫਸਰ ਹਨ ਉਹਨਾਂ ਦੀ ਨੀਅਤ ਵੀ ਮਾੜੀ ਆ ਗਈ ਉਹ ਵੀ ਬਦਨ ਦੇ ਲੋੜ ਆ ਕਿ ਉਹ ਸਰਕਾਰ ਨੂੰ ਸਹੀ ਗਾਈਡ ਨਹੀਂ ਕਰਦੇ ਉਹ ਸਰਕਾਰ ਨੂੰ ਜਿਹੜੀਆਂ ਚਿੱਠੀਆਂ ਲਿਖਣੀਆਂ ਚਾਹੀਦਾ ਉਹਦੇ ਚ ਨਾਲ ਇਹ ਵੀ ਦੱਸਣਾ ਚਾਹੀਦਾ ਕਿ ਸਾਡਾ 2019 ਦੇ ਵਿੱਚ ਇੰਨੇ ਨੋਟੀਫਾਈਡ ਕੀਤਾ 2020 ਚ ਇੰਨਾ 2021 ਚ ਇੰਨਾ 2022 ਚ ਇੰਨਾ ਤੇ 2023 ਚ ਅਸੀਂ ਤੇ ਮਿਨੀਮਮ ਵੇਜ ਇੰਨਾ ਕੀਤਾ ਅਨਸਕਿਲਡ ਦਾ ਸਾਨੂੰ ਤੇ ਉਸ ਹਿਸਾਬ ਦੇ ਨਾਲ ਪੈਸੇ ਦੋ ਜਿਹੜਾ ਮਨਰੇਗਾ ਦਾ ਐਕਟ ਸੈਕਸ਼ਨ 6 ਦਾ